ਹਾਂਜੀ ਔਜਲਾ ਅਪਡੇਟਸ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਤੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਬਾਰੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੀ ਬਹੁਤ ਸਮੇਂ ਤੋਂ ਹੀ ਕਾਉਂਟਰੋਵਰਸੀ ਚੱਲੀ ਆ ਰਹੀ ਹੈ ਤੇ ਕੱਲ ਹੀ ਇਹਨਾਂ ਦੋਨਾਂ ਸਿੰਗਰਾਂ ਨੇ ਇੱਕ ਦੂਜੇ ਨੂੰ ਬਹੁਤ ਹੀ ਰਿਪਲਾਈਆਂ ਨਾਲ ਗੱਲਾਂ ਕੀਤੀਆਂ ਤੇ ਸਟੋਰੀਆਂ ਵਗੈਰਾ ਲਾਈਆਂ ਤੇ ਹੁਣ ਪੂਰੀ ਇਨਫੋਰਮੇਸ਼ਨ ਜਾਣਨ ਲਈ ਵੀਡੀਓ ਨੂੰ ਸਟਾਰਟ ਕਰਦੇ ਆਂ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਸਿੱਧੂ ਨੇ ਆਪਣੀ ਇਸ ਸਟੋਰੀ ਵਿੱਚ ਇਸ ਦੱਸਿਆ ਹੈ ਮਹਾਤਮਾ ਦੇ ਨਾਂ ਨੂੰ ਸਭ ਤੋਂ ਉੱਚਾ ਦੱਸਿਆ ਤੇ ਦੁਨੀਆ ਜੋ ਆਪਣੇ ਆਪ ਤੇ ਗੁਮਾਨ ਕਰਦੀ ਹੈ ਉਸ ਨੂੰ ਝੂਠ ਦੱਸਿਆ ਗਿਆ ਹੈ ਇੱਥੇ ਸਿੱਧੂ ਇਹ ਕਹਿਣਾ ਚਾਹੁੰਦਾ ਹੈ ਕਿ ਕਰਨ ਔਜਲ ਆਪਣੇ ਹਾਲੀਵੁੱਡ ਵਾਲੇ ਪ੍ਰੋਜੈਕਟ ਤੇ ਗੁਮਾਨ ਦਿਖਾ ਰਿਹਾ ਹੈ ਇਸ ਲਈ ਉਸ ਨੇ ਆਪਣੀ ਸਟੋਰੀ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਮੈਂ ਜਿੱਤ ਗਿਆ ਹਾਂ ਤੁਸੀਂ ਘਰੇ ਜਾਓ ਆਈ ਵਿਨ ਗੋ ਹੋਮ ਸਿੱਧੂ ਦੇ ਇਸ ਰਿਪਲਾਈ ਤੋਂ ਬਾਅਦ ਕਰਨ ਔਜਲ ਦੀ ਟੀਮ ਮੈਂਬਰ ਸੰਦੀਪ ਰਹਿਣ ਇੱਕ ਪੋਸਟ ਸ ਕੀ ਕਿ ਸੰਦੀਪ ਬ੍ਰਿਹਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਇਹ ਪੋਸਟ ਕੋਈ ਦਿਖਾਵੇ ਲਈ ਨਹੀਂ ਪਾ ਰਿਹਾ ਤੇ ਤੁਸੀਂ ਸਾਨੂੰ ਬੜੀ ਹੀ ਈਰਖਾ ਨਾਲ ਦੇਖ ਰਹੇ ਹੋ ਤੁਸੀਂ ਲੋਕਾਂ ਦੀ ਸਫਲਤਾ ਤੇ ਜਸ਼ਨ ਮਨਾਉ ਨਾ ਕਿ ਉਹਨਾਂ ਤੋਂ ਜੈਲਸੀ ਕਰੋ ਜੇ ਕੋਈ ਵੀ ਤੁਹਾਡੀ ਲਾਈਫ 'ਚ 네ਗੇਟਿਵ ਬਤਾਉਂਦਾ ਨਾ ਉਹਦਾ ਆਪਣੇ ਆਪੇ ਪ੍ਰਭਾਵ ਨਾ ਪੈਂਦੋ ਇੱਕ ਜਿਹੜੀ ਤੁਹਾਡੀ ਚਿਹਰੇ ਦੀ ਸਮਾਈਲ ਹੈ ਨਾ ਉਹ ਲੋਕਾਂ ਨੂੰ ਬਹੁਤ ਮਾਰਦੀ ਹੈ